ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਚਰਚਾ ਚ ਆਇਆ ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੁਰਵਿੰਦਰ ਪਾਲ ਨੂੰ ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਅਸਲਾ ਐਕਟ ਦੇ ਮਾਮਲੇ 'ਚ ਹੁਸ਼ਿਆਰਪੁਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਗੁਰਵਿੰਦਰ ਪਾਲ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਗੁਰਵਿੰਦਰ ਪਾਲ ਦੇ ਵਕੀਲ ਨੇ ਦੱਸਿਆ ਕਿ ਸਾਲ 2021 'ਚ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ 'ਚ ਗੁਰਵਿੰਦਰ ਪਾਲ ਅਤੇ ਨਰੇਸ਼ ਵਿਰੁੱਧ ਅਸਲਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਪੁੱਛਗਿੱਛ ਲਈ ਪੁਲਿਸ ਵੱਲੋਂ ਗੁਰਵਿੰਦਰ ਪਾਲ ਅਤੇ ਨਰੇਸ਼ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਵੱਲੋਂ ਦੋਵਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਦੁਬਾਰਾ ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਪੁਲਿਸ ਨੂੰ ਗੁਰਵਿੰਦਰ ਪਾਲ ਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਗੁਰਵਿੰਦਰ ਗੋਰਾ ਨੂੰ ਕੱਲ ਖਰੜ CIS ਟਾਪਿਕੇ ਪੁੱਛਗਿੱਛ ਲਈ ਲਿਜਾਇਆ ਗਿਆ ਸੀ ਤੇ ਗੁਰਵਿੰਦਰ ਪਾਲ ਕੈਨੇਡਾ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਰਿਸ਼ਤੇ 'ਚ ਜੀਜਾ ਲੱਗਦਾ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। We are a multicultural network community. We groom competent global citizens to effect positive change around them. ਪਾਜੀ ਗੁਰਵਿੰਦਰ ਗੋਰਾ ਤੇ ਨੀਰਜ ਨੂੰ ਰਿਮਾਂਡ ਤੇ ਲੈ ਕੇ ਆਏ ਸੀ, ਕੀ ਅੰਦਰ ਹੋਇਆ ਜੀ? ਇਹਦੇ ਵਿੱਚ ਇਹਨਾਂ ਨੂੰ 155 ਨੰਬਰ FIR ਹੈਗੀ ਹੈ 2021 ਦੀ ਮਾਡਲ ਟਾਊਨ ਥਾਣੇ ਦੀ, ਉਹਦੇ ਵਿੱਚ ਲੈ ਕੇ ਆਏ ਸੀਗੇ ਪੁੱਛਗਿੱਛ ਕਰਨ ਦੇ ਲਈ। ਆਮ ਜੈਕਟ ਦਾ ਇਹ ਕੇਸ ਹੈ ਮਾਡਲ ਟਾਊਨ ਥਾਣੇ ਦਾ, ਉਹਦੇ ਵਿੱਚ ਗੁਰਵਿੰਦਰ ਪਾਲ ਅਤੇ ਨਰੇਸ਼ ਕੁਮਾਰ ਦੀ ਜਿਹੜੀ ਆ ਉਹ 15 ਤਰੀਕ ਨੂੰ ਗ੍ਰਿਫਤਾਰੀ ਪਾਈ ਗਈ ਸੀਗੀ ਅਤੇ ਉਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਮਿਲਿਆ ਸੀ ਅਤੇ ਅੱਜ ਇਹਨਾਂ ਨੂੰ ਦੁਬਾਰਾ ਪੇਸ਼ ਕੀਤਾ। ਇਹਦੇ ਵਿੱਚ ਜਿਹੜਾ ਨਰੇਸ਼ ਕੁਮਾਰ ਹੈਗਾ ਆ ਲਾਡੀ, ਉਹਨੂੰ ਜਿਹੜੀ ਉਹਦੀ ਡਿਸਚਾਰਜ ਦੀ ਐਪਲੀਕੇਸ਼ਨ ਦਿੱਤੀ ਗਈ ਸੀਗੀ ਪੁਲਿਸ ਵੱਲੋਂ, ਜਿਹਨੂੰ ਕਿ ਕਸਟਡੀ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਹੈ ਜੱਜ ਸਾਹਿਬ ਨੇ, ਅਤੇ ਜਿਹੜਾ ਗੁਰਵਿੰਦਰ ਪਾਲ ਹੈਗਾ ਆ ਗੋਰਾ ਹੈਗਾ ਆ ਅਤੇ ਇਹਦੇ ਵਿੱਚ ਜਿਹੜਾ ਆ 5 ਦਿਨ ਦਾ ਪੁਲਿਸ ਨੇ ਪੁਲਿਸ ਰਿਮਾਂਡ ਮੰਗਿਆ ਸੀ ਜਿਹੜਾ ਕਿ 1 ਦਿਨ ਦਾ ਮਾਣਯੋਗ ਅਦਾਲਤ ਨੇ ਗ੍ਰਾਂਟ ਕੀਤਾ ਹੈ। ਕੱਲ੍ਹ ਖਰੜ ਵੀ ਲੈ ਕੇ ਗਏ ਸੀ, ਉਹਦੇ ਬਾਰੇ ਵੀ ਤੁਹਾਨੂੰ ਕੋਈ ਗੱਲ? ਨਹੀਂ, ਉਹਦੇ ਬਾਰੇ ਐਸ ਸੱਚ ਉਹਦਾ ਕੋਈ ਵੀ ਜਿਹੜਾ ਰਿਕਾਰਡ ਆ ਉਹ ਨਹੀਂ ਆਇਆ ਕੋਰਟ ਦੇ ਵਿੱਚ, ਇਹਦਾ ਕੋਈ ਰਿਕਾਰਡ ਨਹੀਂ ਆਇਆ ਹੈ। ਗੁਰਵਿੰਦਰ ਗੋਰਾ ਗੋਲਡੀ ਬਰਾੜ ਦਾ ਜੀਜਾ ਆ ਰਿਸ਼ਤੇ ਦੇ? ਹਾਂਜੀ, ਉਹਨਾਂ ਦੇ ਇਹ ਬ੍ਰਦਰ ਇਨ ਲਾਅ ਹੈਗੇ ਆ ਜੋ ਪੁਲਿਸ ਦੇ ਕਹਿਣ ਦੇ ਮੁਤਾਬਕ ਕਿ ਉਹਨਾਂ ਦਾ ਹੈਗਾ, ਬਟ ਜਦੋਂ ਇਸ ਕੇਸ ਦੇ ਵਿੱਚ ਲੈ ਕੇ ਆਉਂਦਾ ਗਿਆ 155 ਦੇ ਵਿੱਚ, ਇਹਦੇ ਵਿੱਚ ਰਿਕਵਰੀ ਹੋਈ ਸੀ ਆਮ ਜੈਕਟ ਦੀ, ਬਟ ਉਸ ਟਾਈਮ ਇਹ ਫਰੀਦਕੋਟ ਜੇਲ੍ਹ ਦੇ ਵਿੱਚ ਹੀ ਬੰਦ ਸੀ। ਹੋਰ ਪਤਾ ਲੱਗਦਾ ਕਿ ਅੰਦਰ ਜੇਲ੍ਹ 'ਚੋਂ ਇਹਦੇ ਕੋਲ ਮੋਬਾਈਲ ਰਿਕਵਰ ਕੀਤਾ ਪੁਲਿਸ ਨੇ ਕੱਲ੍ਹ ਪਰਸੋਂ? ਪੁਲਿਸ ਦਾ ਕਹਿਣਾ ਆ ਕਿ ਡਿਊਰਿੰਗ ਜਿਹੜੀ ਇਨਵੈਸਟੀਗੇਸ਼ਨ ਆ ਪੁਲਿਸ ਰਿਮਾਂਡ ਦੇ ਦੌਰਾਨ ਲੈ ਕੇ ਗਏ ਸੀਗੇ ਜੇਲ੍ਹ ਦੇ ਵਿੱਚ, ਅਤੇ ਉਹਦੇ ਜਿਹੜਾ ਆ ਫੋਨ ਜਿਹੜਾ ਰਿਕਵਰ ਹੋਇਆ ਆ, ਬਟ ਐਸ ਸੱਚ ਉਹ ਹਜੇ ਜਿਹੜਾ ਆ ਇਨਵੈਸਟੀਗੇਸ਼ਨ ਉਹਦੀ ਪੈਂਡਿੰਗ ਹੀ ਹੈਗੀ ਆ। ਇੱਕ ਦਿਨ ਦਾ ਰਿਮਾਂਡ ਮਿਲ ਗਿਆ ਇਸ ਕੇਸ ਦੇ ਵਿੱਚ? ਹੈ ਕਿਸ ਕੇਸ 'ਚ? ਇਹ ਸਾਡੇ ਆਰਮ ਜੈਕਟ ਦੇ ਕੇਸ 'ਚ ਹੈਗਾ, ਮਟੀਆਂ ਥਾਣੇ ਆ ਮਾਡਲ ਥਾਣੇ ਦਾ। ਆ ਦੇਖਦੇ ਆ ਜੇ ਇਹ ਕਲੋਜ ਨਹੀਂ ਕਰਨ ਵਾਲੀ ਗੱਲ ਹੁੰਦੀ।